देसी पंजाब मेरा देसी पंजाब, देसी पंजाब मेरा देसी पंजाब, देसी की जिन्ना जी रज रज पी है पूरा लाजवाब, देसी पंजाब मेरा देसी पंजाब, देसी पंजाब मेरा देसी पंजाब। सत श्री अकाल जी, गुरनाम सिद्धू एक बार फिर हाजिर है प्रोग्राम लैके देसी पंजाब ते। अज असीं पहुंचे हां ज़िला फरीदकोट का पिंड है जी गोलेवाला। आओ फिर देखिए गोलेवाला दे लोग की कहिंदे ने, आओ मिलाउने। देसी पंजाब मेरा देसी पंजाब, पंजाब। सत श्री अकाल भाई जी। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਬਾਈ ਜੀ? ਠੀਕ ਵਧੀਆ ਜੀ। ਵਧੀਆ ਘੈਂਟ ਆ, ਵਧੀਆ ਵਧੀਆ। ਤੁਸੀਂ ਬੜਾ ਉੱਥੇ ਫੋਨ ਜਿਹਾ, ਮੈਂ ਵੇਖ ਰਿਹਾ ਦੂਰੋਂ ਫੋਨ ਜਿਹਾ, ਕਿਹਨੂੰ ਲਾਈ ਖੜੇ? ਬਸ ਐਂ ਲੱਗਦਾ ਆਂਟੀ ਸਾਡੀ ਨੂੰ ਕਿ ਹੋਰ ਨੂੰ? ਸਤਿ ਸ਼੍ਰੀ ਅਕਾਲ ਆਂਟੀ ਨੂੰ, ਆਂਟੀ ਨੂੰ ਨਹੀਂ, ਝੂਠ ਮਾਰਦੇ ਫੜੇ ਗਏ, ਜੁੱਤੋਂ ਫੜੇ ਗਏ। ਚਲੋ ਹੁੰਦਾ ਰਹਿੰਦਾ ਇਹ ਜਗ੍ਹਾ। ਅੱਛਾ ਹੁੰਦਾ ਰਹਿੰਦਾ ਸੱਚੀ। ਹੋਰ ਬਾਈ ਕਿਵੇਂ ਆ? ਵਧੀਆ, ਠੀਕ ਹੈ। ਅੱਛਾ ਮੇਰੀ ਗੱਲ ਸੁਣੋ, ਬੰਦਾ ਬੁੜਾ ਕਦੋਂ ਹੁੰਦਾ ਇਹ ਮੈਨੂੰ ਦੱਸੋ। ਬੁੜਾ ਦਾ ਉਮਰ ਦੇ ਹਿਸਾਬ ਨਾਲ ਹੋ ਹੀ ਜਾਂਦਾ। ਨਹੀਂ ਨਹੀਂ ਜੀ, ਮੈਨੂੰ ਕਈ ਤਾਂ ਮੰਨਦੇ ਨਹੀਂ ਨਾ ਬੁੜਾ ਹੋ ਗਿਆ। ਆਹ ਵੇਲੋ ਅੰਕਲ ਮੰਨਦੇ ਪਏ ਹੈ? ਹਾਂਜੀ, ਜੋ ਦਿਲ ਛੱਡ ਜੇ। ਅੱਛਾ ਦਿਲ ਛੱਡ ਜਾ ਉਦੋਂ ਬੁੜਾ। ਤੁਸੀਂ ਜੀ ਸਰਪੰਚ ਸਾਹਿਬ? ਅੱਛਾ ਸਰਪੰਚ ਸਾਹਿਬ ਨੇ, ਕੀ ਬਾਤ ਹੈ ਇਸ ਪਿੰਡ ਦੇ। ਇਹ ਗੋਲੇ ਵਾਲਾ ਕਿਉਂ ਕਹਿੰਦੇ ਜੀ? ਕਹਿੰਦੇ ਆਮ ਤੌਰ ਤੇ ਗੋਲੇ ਵਾਲਾ ਬਚ ਗਿਆ, ਬਚ ਗਿਆ ਗੋਲੇ ਵਾਲਾ। ਇਹ ਤੁਹਾਡੇ ਪਿੰਡ ਤੋਂ ਐਸਾ ਸ਼ਬਦ ਮਸ਼ਹੂਰ ਹੋਇਆ ਨਾ, ਸਾਰੇ ਪੰਜਾਬ ਕਹਿੰਦਾ ਗੋਲੇ ਵਾਲਾ ਬੱਜਾ ਪਿਆ। ਇਹ ਬੱਜਾ ਹੀ ਹਾਂਜੀ, ਬਹੁਤ ਵਧੀਆ ਪਿੰਡ ਆ ਜੀ ਸਾਡਾ। ਗੱਲ ਸੀਗੀ ਹਾਂਜੀ, ਡਾਕੂ ਪੈਂਦੇ ਹੁੰਦੇ ਸੀਗੇ। ਅੱਛਾ, ਰਾਜੇ ਨੇ ਆ ਸਾਡੇ ਵੱਡੇ ਵਡੇਰਿਆਂ ਨੂੰ ਸੱਦ ਕੇ ਇੱਥੇ ਬਿਠਾਇਆ ਕਿ ਉਹਨਾਂ ਦਾ ਮੁਕਾਬਲਾ ਕਰਨ। ਅੱਛਾ, ਡਾਕੂਆਂ ਦਾ? ਹਾਂਜੀ, ਤੇ ਉਹਦੇ ਕਰਕੇ ਡਾਕੂ ਤੇ ਤੁਸੀਂ ਹੁਣ ਉਹ ਤੋਂ ਬਾਅਦ ਮੇਰਾ ਕਾਲੇ ਕਛਿਆਂ ਵਾਲੇ ਪੈਣ ਲੱਗਾ। ਕੀਤਾ ਮੁਕਾਬਲਾ? ਨਹੀਂ, ਕਾਲੇ ਕਛਿਆਂ ਵਾਲੇ ਤਾਂ ਆਏ ਨਹੀਂ, ਉਹ ਤਾਂ ਲੋਕਾਂ ਦੀ ਅਫਵਾਹ ਸੀ। ਨਹੀਂ ਨਹੀਂ, ਮੈਂ ਉਦੋਂ ਬਾਅਦ ਉਹ ਪੈਣ ਲੱਗ ਪਏ ਹਨਾ, ਕਿਉਂ ਸਰਪੰਚ ਸਾਹਿਬ? ਹਾਂਜੀ 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 ਬਾਬੂ ਜੀ, ਤੁਸੀਂ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਮੈਨੂੰ ਦੱਸੋ ਵੀ ਬੁੜਾ ਪਤਾ ਕਦੋਂ ਆਉਂਦਾ? ਬੁੜਾ ਜੀ ਮਨਿਆਦ ਨਹੀਂ ਹੁੰਦਾ ਜੀ? ਹੈ ਮਨਿਆਦ ਨਾ ਹੀ ਮਨਿਆਦ ਨਾ, ਤੁਸੀਂ ਅੰਕਲ ਦੱਸੋ ਬੁੜਾ ਤਾਂ ਉਹਦੇ ਜਵਾਕ ਘੂਰਦੇ ਆਪੇ ਬੁੜਾ ਵਜਦਾ। ਅੱਛਾ ਘੂਰਦੇ ਆ। ਅੱਛਾ ਹਰ ਇੱਕ ਦਾ ਜਵਾਬ ਨਾ ਅਲੱਗ ਅਲੱਗ ਹੈ ਨਾ। ਤੁਸੀਂ ਦੱਸੋ ਅੰਕਲ ਜੀ, ਜੇ ਬਿਮਾਰੀ ਲੱਗ ਜੇ ਤਾਂ ਭਾਵੇਂ ਜ਼ਿੰਦਗੀ ਨਵੀਂ ਤਾਂ ਵੀ ਬੁੜਾ, ਜੇ ਬਿਮਾਰੀ ਨਹੀਂ ਲੱਗਦੀ ਤਾਂ ਸਾਬਰੀ ਉਤਪੰਨ। ਅੱਛਾ ਮਤਲਬ ਜਵਾਨ ਬੰਦੇ ਨੂੰ ਬਿਮਾਰੀ ਲੱਗ ਜਾਏ ਤੰਦਰੁਸਤੀ ਆ ਜੀ, ਕੋਈ ਬੁੜਾ ਨਹੀਂ, ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਛਾ ਬਿਮਾਰੀ ਉਹਨੂੰ ਤੇ ਬਿਮਾਰੀ ਉਹਨੂੰ ਗੱਲ ਮੁਕਾ ਦੀ ਬੁੜਾ ਬਣਾ, ਬੁੜਾ ਬਣਾਉਂਦੀ ਸਭ ਤੋਂ ਵੱਡੀ ਬਿਮਾਰੀ। ਅੱਛਾ ਮਤਲਬ ਤੁਹਾਡੇ ਸਾਰਿਆਂ ਦਾ? ਹਾਂਜੀ, ਜਿਹਦੇ ਹੌਸਲਾ ਛੱਡ ਕੇ ਬੈੱਡ ਤੇ ਪੈ ਜੇ ਉਹਦੇ ਬੁੜਾ, ਉਹਨਾਂ ਚਿਰ ਤੁਰਿਆ ਫਿਰਦਾ ਉਹਨਾਂ ਚਿਰ ਜਵਾਨ, ਉਹਨਾਂ ਚਿਰ ਜਵਾਨ ਤੇ ਤੁਹਾਡੇ ਦਾ ਚਿੱਟੀ ਜਾਏਗੀ। ਆਹ ਤਾਂ ਫਿਰ ਛੇਤੀ ਆ ਗਈ, ਛੇਤੀ ਆ ਗਈ। ਆਹ ਬਾਪੂ ਇੱਕ ਹੋਰ ਆਇਆ ਨਵਾਂ। ਹਾਂਜੀ ਬਾਪੂ ਜੀ, ਤੁਸੀਂ ਦੱਸੋ ਬੁੜਾ ਕਦੋਂ ਆਉਂਦਾ ਬੰਦਾ? ਬੁੜਾ ਹੀ ਆ, 60 ਸਾਲ ਦੇ ਉੱਤੇ ਬੁੜਾ ਹੀ ਆ। ਨਹੀਂ ਨਹੀਂ, ਅੱਛਾ 60 ਸਾਲ ਤੇ ਬੁੜਾ ਹੋ ਜਾਂਦਾ? ਆਹ ਵੇਖ ਲਓ ਹੁਣ, ਆਹ ਹੋਇਆ ਕੋਈ ਭੋਰਾ ਵੀ ਹੈ ਖਾਂਦਾ ਪੀਂਦਾ ਤਾਂ ਬੁੜੇ ਹੋ ਗਿਆ। ਮੈਂ ਦੱਸਦਾ ਜੀ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਗੋਲੇ ਵਾਲਿਆਂ ਨੂੰ ਇੱਕ ਗੱਲ ਦਾ ਪਤਾ ਨਹੀਂ ਵੀ ਬੰਦਾ ਬੁੜਾ ਕਦੋਂ ਹੁੰਦਾ। ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਦੱਸ ਦਿੰਦਾ, ਜਦੋਂ ਬੰਦਾ ਕਲਫ ਲਾਉਣੀ ਛੱਡ ਦਿੰਦਾ ਨਾ, ਸਮਝ ਲਓ ਬੁੜਾ ਹੋ ਗਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਹਾਲ ਚਾਲ ਹੈ? ਚੜ੍ਹਦੀ ਕਲਾ, ਠੀਕ ਹੋ? ਮਾਲਕ ਦੀ ਕਿਰਪਾ ਹੀ। ਥੋੜ੍ਹਾ ਯਾਰ, ਮੈਂ ਕਿਹੇ ਕਿਹੇ ਪਿੰਡ ਜਾਣਾ ਤਾਂ ਮੁੰਡੇ ਬਹੁਤ ਸੋਹਣੇ ਸੋਹਣੇ ਹੁੰਦੇ ਆ, ਮੈਨੂੰ ਲੱਗਦਾ ਗੋਲੇ ਵਾਲਾ ਦੇ ਮੁੰਡੇ ਸੋਹਣੇ ਸੋਹਣੇ ਆ। ਹੈਗੇ ਹੀ ਸੋਹਣੇ, ਮਾਲਕ ਦੀ ਕਿਰਪਾ ਹੀ, ਸਾਰੇ ਸੋਹਣੇ ਆ। ਆਹ ਵੀ ਮੁੰਡਾ ਸੋਹਣਾ ਹੀ ਹੈ ਨਾ। ਹੈਂ, ਕੰਮ ਕੀ ਕਰਦੇ ਵੈਸੇ? ਪੜ੍ਹਦੇ ਆ, ਖੇਤੀ ਕਰਦੇ ਨਾਲ ਹੀ। ਅੱਛਾ, ਪੜ੍ਹਦੇ ਵੀ ਉਹ, ਖੇਤੀ ਕਰ, ਦੋ ਕੰਮ? ਹਾਂਜੀ, ਦੋ ਕੰਮ ਕਿਵੇਂ ਕਰ ਲੈਂਦੇ ਵੀ ਯਾਰ ਮੁੰਡੇ ਜਿਹੜੇ ਕਹਿੰਦੇ ਵੀ ਬਜ਼ੁਰਗ ਜਿਹੜੇ ਕਹਿੰਦੇ ਕਿ ਉਹ ਪਿੰਡਾਂ ਵਾਲੇ ਮੁੰਡੇ ਜਿਹੜੇ ਪੜ੍ਹਦੇ ਨਾ ਉਹ ਕੰਮ ਨਹੀਂ ਕਰਦੇ, ਤੁਸੀਂ ਦੋ ਕੰਮ ਕਰੋ। ਕੰਮ ਕਰਾਈਦੇ ਹੁਣ, ਛੁੱਟੀਆਂ ਆਈਆਂ ਚ ਝੋਨਾ ਲਵਾਇਆ, ਤੜਕ ਪੱਠੇ ਵੱਢ ਕੇ ਕਾਲਜ ਜਾਈਦਾ ਜੀ। ਹਾਏ, ਸਵੇਰੇ ਡੇਲੀ? ਹਾਂਜੀ। ਕੀ ਬਾਤ, ਆਹ ਤਾਂ ਨਹੀਂ ਵੜਦਾ, ਹੱਥ ਦਿਖਾਈ, ਹੱਥਾਂ ਤੋਂ ਲੱਗਦਾ ਕੁੜੀਆਂ ਵਰਗੇ ਹੱਥ ਹੈ, ਹੱਥਾਂ ਤੋਂ ਪਤਾ ਲੱਗਦਾ ਵੀ ਨਹੀਂ ਕੰਮ ਕਰਦਾ। ਨਹੀਂ ਕਰਦਾ ਜੀ। ਕਰਦਾ? ਨਹੀਂ ਕਰਦਾ। ਤੁਹਾਡਾ ਨਾਂ ਕੀ? ਸੁਖਵਿੰਦਰ। ਸੁਖਵਿੰਦਰ ਨਹੀਂ ਨਾ ਕਰਦਾ? ਸੁਖਵਿੰਦਰ ਨਹੀਂ ਕਰਦਾ। ਕਰਦਾ? ਹਾਂ ਬਾਈ ਜੀ, ਮਾੜੇ ਕੰਮ ਕਰਨ ਤੋਂ ਰੋਕੀਏ ਸਦਾ ਹੀ ਬੱਚਿਆਂ ਨੂੰ,
ਉਹ ਦੋਗਲੇ ਬੰਦੇ ਕਦੇ ਵੀ ਆਪਣੇ ਬੋਲ ਪਗਾਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਉਹ ਔਖੇ ਵੇਲੇ ਹੱਥ ਕਿਸੇ ਦਾ ਫੜ ਕੇ ਛੱਡੀਏ ਨਾ ਤੇ ਧੀ ਭੈਣ ਦੀ ਗਾਲ ਕਦੇ ਵੀ ਪੁੱਤ ਨੂੰ ਕੱਢੀਏ ਨਾ ਉਹ ਮੁੱਲ ਦੀ ਨਾਰ ਬਣਾਉਟੀ ਯਾਰ ਕਦੇ ਵੀ ਵਫਾ ਕਮਾਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਉਹ ਕੋਈ ਨਾ ਸਮਝੇ ਸੁਖਿਆ ਇੱਥੇ ਰਿਸ਼ਤੇ ਨਾਤਿਆਂ ਨੂੰ ਤੇ ਨਾਰਾਂ ਪਿੱਛੇ ਲੱਗ ਕੇ ਘਰ ਚੋਂ ਕੱਢਦੇ ਮਾਪਿਆਂ ਨੂੰ ਉਹ ਪ੍ਰੀਤ ਇਹੋ ਜਿਹੇ ਬੰਦੇ ਕਦੇ ਵੀ ਇੱਜ਼ਤ ਕਮਾਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਉਹ ਸਮਾਂ ਗਾਕ ਤੇ ਮੌਤ ਕਦੇ ਵੀ ਦੱਸ ਕੇ ਆਉਂਦੇ ਨਾ ਕਿਆ ਬਾਤ ਹੈ ਨਾ ਕੀ ਵੀਰ ਦਾ ਮੇਰਾ ਨਾਂ ਜੀ ਵੀਰ ਗੈਰੀ ਸੰਧੂ ਵੀਰ ਗੈਰੀ ਸੰਧੂ ਤੁਸੀਂ ਕੀ ਕਰਦੇ ਹੋ ਮੈਂ ਸਟੱਡੀ ਕਰਦਾ ਜੀ ਨਾਲ ਥੀਏਟਰ ਕਰਦਾ ਅੱਛਾ ਹਾਂਜੀ ਥੀਏਟਰ ਕਰਦੇ ਹੋ ਹਾਂਜੀ ਹਾਂਜੀ ਚਲ ਐਕਟਿੰਗ ਕਰਕੇ ਵਿਖਾਓ ਫਿਰ ਕੋਈ ਸਰ ਐਕਟਿੰਗ ਮੈਂ ਪੈਂਚਰਾਂ ਲਾਉਣ ਵਾਲੇ ਦੀ ਜਿੱਦਾਂ ਮੈਂ ਪਿੱਛੇ ਜਾ ਇੱਕ ਟੈਲੀਫਿਲਮ ਦੇ ਵਿੱਚ ਕੀਤੀ ਆ ਹਾਂ ਤਾਂ ਉਹ ਇੱਦਾਂ ਸੀ ਓਏ ਆ ਵੀ ਕਾਕਾ ਕਿਵੇਂ ਆ ਮੈਂ ਹੋਇਆ ਵੇ ਤੇਰੇ ਕੰਮ 130 ਰੁਪਏ ਬਣੇ ਆ ਅੰਬਾਸੀ 130 ਰੁਪਏ ਬਣੇ ਮਤਲਬ ਦਿੱਤੇ ਨਹੀਂ ਉਹਨੇ ਮੋੜੇ ਨਹੀਂ ਨਾ ਜੀ ਨਾ ਜਮਾ ਨਹੀਂ ਮੋੜੇ ਉਹਨੇ ਨਾਲੇ ਤਾਂ ਮੇਰਾ 130 ਕਿਵੇਂ ਬਣ ਗਏ ਉਹ 130 ਮੈਂ ਮਾਰੂ ਜਬੇੜ ਤੈਨੂੰ ਪੰਜਰ ਕਰ ਦੂੰ ਮੈਂ ਦੱਸ ਮੈਂ ਪਟਾਕਾ ਲਾਇਆ ਜੀ ਪਟਾਕਾ ਲਾਇਆ ਮੈਂ ਮਾਰੂ ਇਹਨੇ ਤੇ ਟੂਪ ਪੈ ਜਾਂਦੀ ਆ ਓ 130 ਦਾ ਪਟਾਕਾ ਲਾਇਆ ਨਹੀਂ ਓ 130 ਟੂਪ ਪੈਂਦੀ ਆ ਨੇ ਤੇ 130 ਦਾ ਪਟਾਕਾ ਲਾਇਆ ਤੇਰੇ ਦੁਕਾਨ ਤੇ ਪਾ ਦੂੰ ਵੱਡਾ ਆ ਪਿੰਡ ਚ ਨਾ ਰਗੜੀ ਬਾਈ ਸਤਿ ਸ੍ਰੀ ਅਕਾਲ ਆਹਾ ਬਾਰਿਸ਼ ਦਾ ਮੌਸਮ ਹੈ ਹਨਾ ਢਾਣੀ ਲਾ ਕੇ ਬੈਠੇ ਅੱਛਾ ਪਹਿਲਾਂ ਕਿਹੜੇ ਚਲੇ ਜਾਂਦੇ ਘਰੇ ਕਿਉਂ ਬਾਪੂ ਜੀ ਸਾਰੇ ਇਕੱਠੇ ਹੀ ਜਾਂਦੇ ਆ ਜੀ ਜਿਹੜਾ ਪਹਿਲਾਂ ਥੱਲੇ ਜਾਂਦੇ ਉਹਨਾਂ ਨੂੰ ਪੁੱਛ ਲਓ ਅੱਛਾ ਇਹ ਬਾਪੂ ਥੋੜਾ ਡਰਦਾ ਹਨਾ ਇਹ ਪਹਿਲਾਂ ਚਲੇ ਜਾਂਦਾ ਹਨ ਕਰਨ ਵਾਲਾ ਤਾਂ ਇੱਥੇ ਬੰਦਾ ਹੈ ਨਹੀਂ ਕੋਈ ਹਾਂ ਜੀ ਚਾਹ ਦੇ ਟਾਈਮ ਤੇ ਜਾਂਦੇ ਨਾ ਹਾਂਜੀ ਚਾਹ ਦੇ ਟਾਈਮ ਤੇ ਜਾਂਦੇ ਜੀ ਅੱਛਾ ਚਾਹ ਜਾ ਕੇ ਛਬੜਾਉਣੀ ਵੀ ਪੈਂਦੀ ਨਾ ਫਿਰ ਹੋਰ ਭੁੱਖੇ ਤਾਂ ਨੇ ਬਣਾ ਬਣੂ ਕੇ ਚੱਲਦਾ ਕੰਮ ਉਹ ਮੁੰਡਿਆ ਕੀ ਕਰਦਾ ਬਾਪੂਆਂ 'ਚ ਬੈਠਾ ਚੰਗਾ ਲੱਗਦਾ ਯਾਰ ਬੁੜਿਆ ਨਾਲ ਖੇਡਦਾ ਵੱਲ ਸਿੱਖ ਰਹੇ ਐਂ ਕਰਕੇ ਹੈ ਵੱਲ ਸਿੱਖਦੇ ਹੋ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਕਿਵੇਂ ਡੋਲੇ ਡੂਲੇ ਕੱਢੇ ਆ ਡੋਲੇ ਫਿਰ ਹੁਣ ਕੁੜਾ ਕੁੜਾ ਘਾਲਾ ਕਰਾਂਗੇ ਅੱਛਾ ਲੜਾਈ ਕਰਨੀ ਕਰਨੀ ਅਜੇ ਵੀ ਮਤਲਬ ਐਂ ਲੱਗਦਾ ਹੋਰ ਅੱਛਾ ਜੀ ਹੁਣ ਦੁਬਾਰੇ ਫਿਰ ਦੁਬਾਰੇ ਫਿਰ ਕਸਰਤ ਸ਼ੁਰੂ ਕਰਤੀ ਪੂਰਾ ਲਾ ਮੁੰਡਾ ਢਿੱਲਾ ਪਿਆ ਬੈਠਾ ਤੁਹਾਡੇ ਨਹੀਂ ਢਿੱਲੇ ਹਾਂਜੀ ਜਿੰਨਾ ਪਾਸਾ ਕਰਾਉਣਾ ਉਹਨਾਂ ਕੁਛ ਨਹੀਂ ਹੁੰਦਾ ਉਹਨਾਂ ਕੁਛ ਮੈਂ ਪੰਗਾ ਲੈਂਦਾ ਕਹਿੰਦੇ ਪੁਰਾਣੇ ਬੁੜਿਆਂ ਦੇ ਹੱਥ ਹੁੰਦੇ ਸੀ ਨਾ ਬੜੇ ਚੀੜੇ ਹੁੰਦੇ ਸੀ ਜਦੋਂ ਘੁਲ ਨੀ ਲੱਗ ਪੀ ਫਿਰ ਕੀ ਤਕੜਾ ਮਾੜਾ ਕੀ ਟੱਕਰਾਂਗੇ ਤਾਂ ਸਹੀ ਕਿਉਂ ਬਾਪੂ ਤਾਂ ਮਾਰਦਾ ਛਾਲਾ ਤੁਸੀਂ ਘੁਲੇਗੇ ਨੀ ਕਦੀ ਜ਼ਿੰਦਗੀ ਚ ਘੁਲਦੇ ਰਹੇ ਘੁਲਦੇ ਰਹੇ ਤੁਸੀਂ ਵੀ ਘੁਲਦੇ ਨੇ ਬਾਪੂ ਵੀ ਕਬੱਡੀ ਖੇਡਦੇ ਹੋ ਅੱਛਾ ਪਿੰਡ ਦੀ ਕਬੱਡੀ ਹੁਣ ਤਾਂ ਤੁਹਾਡਾ ਸਿਹਤ ਹੀ ਕਹਿੰਦੇ ਜਿਹੜੇ ਸਪੋਰਟਸ ਵਾਲੇ ਹੁੰਦੇ ਨਾ ਇਹਨਾਂ ਦੇ ਪੇਟ ਭੂਟ ਬਹੁਤ ਵੱਜ ਜਾਂਦੇ ਐਕਸਰਸਾਈਜ਼ ਛੱਡ ਦਿੰਦੇ ਇੱਕਦਮ ਛੱਡ ਦਿੰਦੇ ਆ ਨਾ ਫਿਰ ਫਰਕ ਪੈ ਉਹਦੇ ਨਾਲ ਹੁਣ ਨਹੀਂ ਕਦੀ ਕਬੱਡੀ ਖੇਡੀ ਨਹੀਂ ਹੁਣ ਨਹੀਂ ਹੁਣ ਤਾਂ ਬਸ ਜੇ ਕਿਤੇ ਹੁਣ ਖੇਡਦਾ ਨਾ ਮੈਂ ਯਾਰ ਹੁਣ ਤਾਂ ਚੰਗਾ ਲੱਗਣਾ ਛੱਡੇ ਹੋਏ ਬੰਦੇ ਨਾਲ ਕੀ ਖੇਡਦਾ ਨਹੀਂ ਮੈਂ ਖੇਡਣੀ ਸੀ ਤੁਹਾਡੇ ਨਾਲ ਠੀਕ ਹੈਨਾ ਜ਼ਰੂਰ ਖੇਡ ਲੈਣਾ ਸੀ ਨਹੀਂ ਤਾਂ ਖੇਡ ਲਾਂਗੇ ਅੱਛਾ ਮੇਰੇ ਜੀ ਨਹੀਂ ਯਾਰ ਮੈਨੂੰ ਸਾਰੇ ਬਾਪੂ ਮਾੜਾ ਸਮਝ ਜਾਂਦੇ ਮਾੜੇ ਕਿਉਂ ਬਾਪੂ ਮੁੰਡਾ ਕਹਿੰਦਾ ਮੈਂ ਤੇਰੇ ਨਾਲ ਘੁਲ ਤੁਸੀਂ ਕਹਿੰਦੇ ਘੁਲ ਲੈਣਾ ਉਹ ਕਹਿੰਦਾ ਕਬੱਡੀ ਖੇਡ ਸਕਦਾ ਮੈਂ ਇੰਨਾ ਹੀ ਮਾੜਾ ਦੋਵੇਂ ਕੁਛ ਹੀ ਕਰਨ ਲੈਂਦੇ ਆ ਚੰਗਾ ਬਾਪੂ ਜਿਉਂਦੇ ਰਹੋ
ਉਹ ਬੱਲੇ 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 ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਮੈਂ ਅੱਗੇ ਕਹਿਣ ਡਿਆ ਗੋਲੇ ਵਾਲੇ ਦੇ ਮੁੰਡੇ ਬੜੇ ਸੋਹਣੇ ਸੋਹਣੇ ਦੇ, ਆਹਾ ਹਾ ਇੰਨਾ ਰੰਗ ਕੀ ਖਾਣਾ ਕਿ ਬਹੁਤ ਕਰਕੇ ਬਾਰਿਸ਼ ਕਰਕੇ ਹੋ ਗਿਆ? ਨਹੀਂ ਵੈਸੇ ਹੀ ਬਸ। ਗੋਡ ਗਿਫਟ ਹੈ ਸਾਡੇ ਵਾਰੀ ਪਤਾ ਨਹੀਂ ਰੱਬ ਹੀ ਸੌਂ ਗਿਆ ਸੀ। ਹੈਂ ਨੈਚੁਰਲ ਬਿਊਟੀ, ਨੈਚੁਰਲ ਤੇਰਾ ਤਾਂ ਮੇਰੇ ਵਰਗਾ ਭਰਾ ਇੱਧਰ ਹੀ ਨੈਚੁਰਲ ਹੈ, ਇਹ ਨੈਚੁਰਲ ਹੈ, ਇਹ ਨੈਚੁਰਲ ਹੈ। ਕਿੰਨੀ ਮਰਜ਼ੀ ਗਰਮੀ ਪੈਂਦੀ ਹੋਵੇ ਸਰਦੀ, ਸਾਨੂੰ ਕੋਈ ਆ ਮੇਰੇ ਵੀਰ ਨੂੰ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਨਾ, ਇਹ ਧੁੱਪ ਪਵੇ ਫਰਾਰ ਓਏ ਗਾਹਕ ਲਾਈਨਾਂ 'ਚ ਲੱਗੇ ਹੋਣੇ ਆ, ਆਪਾਂ ਗਾਹਕਾਂ ਦਾ ਕੰਮ ਹੀ ਨਹੀਂ ਕਰੀਦਾ। ਅੱਛਾ ਤੁਸੀਂ ਲੋਨ ਲੂਨ ਦਿੰਦੇ? ਅੱਛਾ ਇੱਕ ਮੈਨੂੰ ਅੱਗੇ ਮਿਲਿਆ ਸੀ ਲੋਨ, ਉਹਨੇ ਵੀ ਲੱਖ ਕੁ ਰੁਪਈਏ ਦਾ ਲਾਰਾ ਲਾਇਆ ਸੀ, ਕਿੰਨਾ ਕੁ ਕਰ ਸਕਦੇ? ਦੋ ਦਾ ਲਾ ਲਾਂਗੇ। ਅੱਛਾ ਕੀ ਬਾਤ ਹੈ, ਤੁਸੀਂ ਕੀ ਕੰਮ ਕਰਦੇ ਹੋ? ਬਸ ਵੀਰੇ ਕਾਲਜ ਹੀ ਪੜ੍ਹਦੇ ਹਾਂ। ਹੋਰ ਕੀ ਕੀ ਸ਼ੌਂਕ ਨੇ? ਹੋਰ ਬਸ ਗਾਗੂ ਲਈਦਾ। ਅੱਛਾ ਕੀ ਬਾਤ, ਸੁਣਾ ਫਿਰ ਘੈਂਟ ਜਿਹਾ ਗਾਣਾ। ਉਹ ਜੇ ਨਾ ਬੋਲੇ ਤਾਂ ਆਕੜਾਂ ਪੱਟੀ ਕਹਿੰਦੇ, ਉਹ ਬੋਲੇ ਹੱਸ ਕੇ ਤਾਂ ਕੁੜੀ ਖਰਾਬ ਲੱਗੇ, ਉਹ ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ, ਓਏ ਹੋਵੇ ਕਿਸੇ ਦੀ ਤਾਂ ਲੱਖਿਆ ਸ਼ਰਾਬ ਲੱਗੇ। ਕੀ ਬਾਤ ਹੈ, ਉਹ ਮੋੜੀ ਵੇ ਮੋੜੀ ਬਾਬਾ ਚੱਕਵੀ ਮਡੀਰ ਨੂੰ, ਮੋੜੀ ਵੇ ਮੋੜੀ ਬਾਬਾ ਚੱਕਵੀ ਮਡੀਰ ਨੂੰ, ਪੀ ਪੀ ਸਮੈਕਾ ਉਹ ਪੀ ਪੀ ਕੇ ਚਿੱਟੇ, ਉਹ ਪੀ ਪੀ ਸਮੈਕਾ ਛਾਣੀ ਕਰ ਲਿਆ ਸਰੀਰ ਨੂੰ, ਉਹ ਮੋੜੀ ਵੇ ਮੋੜੀ ਬਾਬਾ ਚੱਕਵੀ ਮਡੀਰ ਨੂੰ, ਮੋੜੀ ਵੇ ਮੋੜੀ ਬਾਬਾ। ਬੇਬਾ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਹੋ? ਮੀਂਹ ਦਾ ਆਨੰਦ ਮਾਰ ਰਹੇ ਹੋ? ਹਾਂਜੀ। ਹੈਂ? ਹਾਂਜੀ। ਅਸੀਂ ਬੇਬੇ ਮਹੀਨਾ ਵੀ ਸੌਣਾ। ਅੱਛਾ ਜੀ। ਹੈ ਨਾ? ਅੱਛਾ। ਤੇ ਮਾਲਪੂੜੇ ਤਾਂ ਬਣੇ ਹੋਣੇ ਤੁਹਾਡੇ? ਬਣਾ ਲਾਂਗੇ ਬਣਾਉਣ ਤਾਂ ਕਹਿੰਦੇ ਮਾਲਪੂੜੇ ਟਾਈਮ ਬੜਾ ਲੱਗਦਾ ਨਹੀਂ ਬਣਾ ਲਾਂਗੇ ਹਾਂਜੀ ਟਾਈਮ ਤਾਂ ਲੱਗਣਾ ਹੀ ਬਣਾ ਲਾਂਗੇ ਕਿੰਨੇ ਕੁ ਟਾਈਮ ਲੱਗੇ ਮੈਂ ਇਹਨੂੰ ਅਜੇ ਲੱਗ ਜਾਣਾ ਘੰਟਾ ਤੁਹਾਡੇ ਪਿੰਡ 'ਚ ਕੋਈ ਬਣਾ ਲਾਂਗੇ ਤੇ ਨਾਲ ਖੀਰ ਵੀ ਹੈ
ਕਿਵੇਂ ਬਾਈ ਜੀ? ਬਹੁਤ ਵਧੀਆ ਜੀ, ਦੱਸੋ ਐਂ ਘੈਂਟ ਆ? ਹਾਂਜੀ ਹਾਂਜੀ, ਕਿਵੇਂ ਕਿਵੇਂ ਘੈਂਟ ਆ ਉਹ ਦੱਸੋ ਮੈਨੂੰ। ਬਸ ਘੈਂਟ ਹੀ ਹੈ ਜੀ। ਕਿਵੇਂ ਘੈਂਟ ਆ? ਬਸ ਕੰਮ ਧੰਦੇ 'ਚ ਲੱਗਾ ਹੋਇਆ ਬੰਦਾ ਘੈਂਟ ਹੀ ਹੁੰਦਾ। ਅੱਛਾ, ਕੰਮ ਧੰਦੇ ਕਹਿੰਦੇ ਨਾਲੇ, ਕਹਿੰਦੇ ਜਿਹੜਾ ਵਿਹਲਾ ਹੋਵੇ ਉਹ ਬੰਦਾ ਘੈਂਟ ਹੁੰਦਾ। ਨਹੀਂ, ਵਿਹਲਾ ਤਾਂ ਨਹੀਂ ਘੈਂਟ ਹੁੰਦਾ, ਕੰਮ ਧੰਦੇ 'ਚ ਘੈਂਟ ਹੁੰਦਾ। ਉਹ ਘੈਂਟ ਹੁੰਦਾ ਨਾ, ਕੰਮਾਂ ਨਾਲ ਘੈਂਟ। ਕਿਉਂ ਬਾਪੂ, ਐਂ ਹੀ ਗੱਲ ਆ? ਬਿਲਕੁਲ ਵਿਹਲਾ ਬੰਦਾ ਭੁੱਗਰ ਬੁਣੇ ਜਾਏ, ਭੁੱਗਰ ਬੁਣੇ। ਅੱਛਾ, ਮੈਂ ਤਾਂ ਵੈਸੇ ਕੰਮ ਲੱਗਾ ਹਾਂ। ਕੰਮ 'ਚ ਹੀ ਬੰਦੇ ਦੀ ਤੰਦਰੁਸਤੀ ਹੈ। ਕੰਮ 'ਚ ਤੰਦਰੁਸਤੀ? ਕਿਉਂ ਬਾਪੂ ਜੀ, ਮੁੰਡਾ ਠੀਕ ਹੈ? ਤਾਂ ਮੁੰਡਾ ਬਿਲਕੁਲ, ਮੁੰਡਾ ਨਹੀਂ ਵੈਸੇ ਤਾਂ ਹੁਣ ਬੰਦਾ ਹੋ ਗਿਆ। 200% ਠੀਕ ਹੈ, 200% ਠੀਕ ਹੈ, 200% ਠੀਕ ਹੈ। ਤੁਹਾਡੀ ਕਿੰਨੀ ਉਮਰ ਹੋ ਗਈ ਬਾਪੂ? ਮੇਰੀ ਐਵੇਂ 73 77 ਸਾਲ ਦੇ ਹੋ? 73 ਸਾਲ? ਬਿਲਕੁਲ 73 ਸਾਲ, 73 ਸਾਲ ਦੇ। ਬਾਜੀ ਕਿਵੇਂ? ਬੜੀਆਂ ਐਨਕਾਂ ਠੁੱਕੀਆਂ ਪਿੰਡ 'ਚ? ਹੋਰ ਜੀ, ਪਿੰਡ ਵੀ ਸ਼ਹਿਰਾਂ ਵਰਗੇ ਹੀ ਆ। ਹਾਏ, ਤਾਂ ਐਨਕਾਂ ਲਾਈਆਂ? ਹੋਰ ਜੀ, ਆਹ ਬਾਤ ਹੈ। ਇਹ ਕਿੰਨੇ ਦੀਆਂ ਲਾਈਆਂ ਵੈਸੇ? ਸਸਤੀਆਂ। ਕਿੰਨੇ ਦੀਆਂ? ਥੋੜ੍ਹੀ ਜਿਹੀਆਂ। ਨਹੀਂ, ਉੱਤੇ ਲਿਖਿਆ ਤਾਂ ਕੰਪਨੀ, ਕੰਪਨੀ ਬੜੀ ਵੱਡੀ ਲਿਖੀ ਉੱਤੇ। ਹੋਰ ਜੀ, ਹੈਂ, ਇਹ ਮੈਨੂੰ ਵੀ ਦੱਸੋ ਕਿਹੜੀ ਹੱਟੀ ਤੋਂ ਲਈਆਂ ਬਾਈ? ਮੇਰੇ ਵੇਖ ਕੇ ਹੱਸੀ ਜਾਂਦਾ ਜੀ ਬਾਈ। ਸਲਮਾਨ ਨੇ ਜਾਂ ਬੁੜੀਆਂ ਕੱਢਦੀਆਂ? ਹਾਂ, ਤਿੰਨ ਹੀ ਬੰਦੇ ਕੱਢਦੇ। ਹਾਏ ਹਾਏ ਹਾਏ, ਮਤਲਬ ਤੈਨੂੰ ਸਾਰੇ, ਮਤਲਬ ਇਹ ਪਿੰਡ ਵਾਲੇ ਸਲਮਾਨ ਉਹ ਕਹਿੰਦੇ ਆ ਤੇਰੇ ਨਾਮ? ਫਿਰ ਦਿਲ ਨੂੰ ਕੀ ਕੜਾਲੇ 'ਚ ਪੈਂਦੇ, ਖੁਸ਼ੀ ਮਿਲਦੀ? ਦਿਲ ਭਲਾ ਕਿਹੜੇ ਪਾਸੇ ਹੁੰਦਾ? ਚੜ ਗਿਆ। ਸਹੀ ਗੱਲ ਆ,
ਆਈ ਗੱਲ ਨਾ ਜਮਾ ਬਈ ਮਤਲਬ ਦਿਲ ਤੋਂ ਗੱਲ ਕਰਦਾ ਕਿਸੇ ਬੰਦਾ ਨਹੀਂ ਦਿਲ ਨਾ ਕੀ ਵੀਰ ਦਾ ਰੇਸ਼ਮ ਸਿੰਘ ਆਏ ਹਾਏ ਹਾਏ ਰੇਸ਼ਮ ਸਿੰਘ ਯਮਾ ਰਾਏ ਵਾਲਾ ਯਮਾ ਰਾਏ ਪਿੰਡ ਦਾ ਇੱਕ ਕਬੱਡੀ ਖਿਡਾਰੀ ਬਹੁਤ ਤੜਾ ਅੱਛਾ ਉਹਦੇ ਪਿੰਡ ਦਾ ਹੈ ਅੱਛਾ ਕੀ ਬਾਤ ਹੈ ਨਾਲੇ ਸਲਮਾਨ ਖਾਨ ਕਿੰਨੇ ਗੁਨਾਹ ਲਈ ਫਿਰਦਾ ਵੀਰੇ ਬਸ ਤਿੰਨ ਚਾਰ ਹੀ ਹੈ ਇੱਕ ਨਾਮ ਮੁਝੇ ਦੇ ਦੇ ਖਾਲੀ ਆ ਵੱਜਾਂਦਾ ਹੈ ਲੈ ਜੀ ਲਓ ਜੀ ਦੇਸੀ ਪੰਜਾਬ ਦੀ ਦੇਸੀ ਸੱਤ ਲਗਾ ਦਿੱਤੀ ਹੈ ਪਿੰਡ ਗੋਲੇਵਾਲਾ ਦੇ ਵਿੱਚ ਅਤੇ ਅੱਜ ਇਸ ਮਹਿਫਲ ਵਿੱਚ ਰੰਗ ਭਰਨਗੇ ਪੰਜਾਬ ਦੀ ਮਸ਼ਹੂਰ ਦੁਗਾਣਾ ਜੋੜੀ ਵੀਰ ਬਲਜਿੰਦਰ ਅਤੇ ਕਮਲ ਨੂਰ ਵੀਰ ਬਲਜਿੰਦਰ ਜੀ ਅਤੇ ਕਮਲ ਨੂਰ ਸਭ ਤੋਂ ਪਹਿਲਾਂ ਤਾਂ ਦੇਸੀ ਪੰਜਾਬ 'ਚ ਤੁਹਾਡਾ ਸਵਾਗਤ ਹੈ ਥੈਂਕ ਯੂ ਧੰਨਵਾਦ ਸਰ ਸਭ ਤੋਂ ਪਹਿਲਾਂ ਸਰਸਰੀ ਸਵਾਲ ਹੁੰਦਾ ਕਿ ਮੈਂ ਚਾਤ ਮਾਰਨਾ ਚਾਹੁੰਦਾ ਤੁਹਾਡੇ ਜੀਵਨ 'ਤੇ ਕਦੋਂ ਕਿ ਤੁਹਾਡੀ ਜੋੜੀ ਬਣ ਗਈ ਔਰ ਕਦੋਂ ਦਾ ਤੁਸੀਂ ਗਾਉਣਾ ਸ਼ੁਰੂ ਕੀਤਾ ਮੈਨੂੰ ਗਾਉਂਦੇ ਨੂੰ ਮੈਨੂੰ 13-14 ਸਾਲ ਹੋ ਗਏ 13-14 ਸਾਲ ਹਾਂਜੀ ਅਤੇ ਅਸੀਂ 6-7 ਸਾਲ ਤੋਂ ਦੋਨੇ ਇਕੱਠੇ ਗਾ ਰਹੇ ਹਾਂ ਹਾਂਜੀ ਅਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੋ ਜਾਂਦੀ ਕਈ ਵਾਰ ਇੰਨਾ ਚਿਰ ਤਾਂ ਲੜਾਈ ਹੁੰਦੀ ਹੋ ਜਾਂਦਾ ਤੀਜੇ ਚੌਥੇ ਦਿਨ ਲੜ ਪੈਂਦਾ ਹਾਂਜੀ ਹੋ ਜਾਂਦੀ ਅੱਛਾ ਅਤੇ ਫਿਰ ਉਸਤਾਦ ਕਿਹੜੇ ਨੇ ਇਸ ਲਾਈਨ 'ਚ ਮੇਰੇ ਉਸਤਾਦ ਹੈਗੇ ਜੀ ਸ਼ਮਸ਼ੀਰ ਚੀਨਾ ਜੀ ਉਹਨਾਂ ਕੋਲ ਸਿੱਖਿਓ ਅਤੇ ਤੁਸੀਂ ਮੇਰੇ ਹੀ ਚੰਨ ਸ਼ਾਹ ਕੋਟੀ ਅੱਛਾ ਹਾਂਜੀ ਅਲੱਗ ਅਲੱਗ ਉਸਤਾਦ ਨੇ ਹਨਾ ਅਲੱਗ ਅਲੱਗ ਮਾਰਾਂ ਖਾਧੀਆਂ ਨੇ ਅਤੇ ਫਿਰ ਇਕੱਠੇ ਹੋਣ ਮੈਨੂੰ ਸਮਝ ਨਹੀਂ ਆਈ ਹਨਾ ਕਿਵੇਂ ਮੇਲ ਕਿਵੇਂ ਬਣ ਗਿਆ ਬਸ ਇਹ ਦੋਨਾਂ ਸੈੱਟ ਬਣ ਗਿਆ ਦੋਨੇ ਗਾ ਰਹੇ ਹਾਂ ਸਟੇਜਾਂ ਲਾ ਰਹੇ ਹਾਂ ਚੱਲ ਵਧੀਆ ਪ੍ਰੋਗਰਾਮ ਮਿਲ ਠੀਕ ਦਿਹਾੜੀ ਵਧੀਆ ਪੈਣੀ ਚਾਹੀਦੀ ਦਿਹਾੜੀ ਪੈ ਰਹੀ ਹੈ ਐਂ ਨਹੀਂ ਕਹਿੰਦੇ ਵੀ ਬਹੁਤ ਹੈ ਮੈਂ ਦਿਹਾੜੀ ਪੈ ਰਹੀ ਹੈ ਵਧੀਆ ਅੱਗੇ ਅੱਗੇ ਜਿਵੇਂ ਜਿਵੇਂ ਆਊਗਾ ਹਾਂਜੀ ਪਰਮਾਤਮਾ ਨੇ ਬਖਸ਼ੀ ਆ ਅਤੇ ਕਦੋਂ ਪ੍ਰੋਫੈਸ਼ਨਲ ਲਾਈਨ 'ਚ ਕਦੋਂ ਗਏ ਪ੍ਰੋਫੈਸ਼ਨਲ ਲਾਈਨ 'ਚ ਮੈਨੂੰ ਹੋ ਗਏ 6 ਸਾਲ ਜੀ 6 ਸਾਲ ਹੋ ਗਏ ਹਾਂਜੀ ਉਦੋਂ ਹੋਰ ਸੀ ਗਾਉਂਦੇ ਕਿ ਇਹੀ ਮੈਡਮ ਗਾਉਂਦੇ ਸੀ ਕਮਲ ਉਹ ਥੋੜ੍ਹਾ ਕੁ ਦੇਰ ਮਾਸੋਂ ਕਿਸੇ ਮੈਡਮ ਨੇ ਗਾਇਆ ਸੀ ਸਿਮਰ ਨੇ ਗਾਇਆ ਸੀ ਉਸ ਤੋਂ ਬਾਅਦ ਇਹੀ ਆ ਗਏ ਅਤੇ ਚਲੋ ਅੱਜ ਕਿਹੜੇ ਗੀਤ ਤੋਂ ਸ਼ੁਰੂਆਤ ਕਰਨ ਲੱਗੇ ਗੀਤ ਕਰਨ ਲੱਗੇ ਹਾਂ ਮੇਰੇ ਪਿੱਛੇ ਐਲਬਮ ਆਈ ਸੀ ਸਾਇਲੈਂਟ ਫੋਨ ਉਹ 'ਚ ਇੱਕ ਗਾਣਾ ਸੀ ਸਾਇਲੈਂਟ ਫੋਨ ਹਾਂਜੀ ਹਾਂਜੀ ਉਹ 'ਚ ਗਾਣਾ ਸੀਗਾ ਨਿੰਦਰ ਗੁਦੇਈ ਦਾ ਸਾਇਲੈਂਟ ਫੋਨ 'ਚ ਗਾਣਾ ਕਿਉਂ ਸੁਣ ਗਿਆ ਮੈਨੂੰ ਉਹ ਦੱਸੋ ਜਿਹੜਾ ਫੋਨ ਹੀ ਸਾਇਲੈਂਟ ਉਹ ਟਾਈਟਲ ਸੀ ਜੀ ਤੁਸੀਂ ਕਹਿੰਦਾ ਸਾਇਲੈਂਟ ਫੋਨ 'ਚ ਗਾਣਾ ਸੀ ਨਹੀਂ ਉਹ ਐਲਬਮ 'ਚ ਗਾਣਾ ਸੀਗਾ ਅੱਛਾ ਤੇ ਉਹ 'ਚ ਸੀ ਫੋਨ ਫਾਨ ਨਾ ਕਰਿਆ ਕਰ ਮੇਰੀ ਮੰਮੀ ਲੜਦੀ ਹੈ ਦੱਸ ਕਿਹਦੀ ਬੇਬੇ ਆਪੇ ਨੰਬਰ ਲਾ ਲਾ ਦਿੰਦੀ ਬਾਕੀ ਅੱਗੇ ਤੁਹਾਨੂੰ ਜਿਵੇਂ ਹੁਣ ਸਾਡਾ ਟੀਵੀ 'ਤੇ ਚੱਲੀ ਜਾਂਦਾ ਗਾਣਾ ਉਹ ਵੀ ਸੁਣਾਵਾਂਗੇ ਲਓ ਜੀ ਘੰਟੇ ਵਿੱਚ 7-8 ਵਾਰੀ ਵੇ ਤੂੰ ਰਿੰਗ ਸੋਹਣਿਆ ਮਾਰੀ ਵੇ ਘੰਟੇ ਵਿੱਚ 7-8 ਵਾਰੀ ਵੇ ਤੂੰ ਰਿੰਗ ਸੋਹਣਿਆ ਮਾਰੀ ਵੇ ਘੰਟੇ ਵਿੱਚ 7-8 ਵਾਰੀ ਵੇ ਤੂੰ ਰਿੰਗ ਸੋਹਣਿਆ ਮਾਰੀ ਵੇ ਉਹ ਹੋ ਗਈ ਔਖੀ ਵਾਰੀ ਵੇ ਉਹ ਹੋ ਗਈ ਔਖੀ ਵਾਰੀ ਵੇ ਮੇਰੇ ਹੱਥੋਂ ਫੜਦੀ ਹਾਈ ਫੋਨ ਫਾਨ ਨਾ ਤੂੰ ਫੋਨ ਫਾਨ ਨਾ ਹਾਈ ਫੋਨ ਫਾਨ ਨਾ ਕਰਿਆ ਕਰ ਮੇਰੀ ਮੰਮੀ ਲੜਦੀ ਆ ਵੇ ਫੋਨ ਫਾਨ ਨਾ ਕਰਿਆ ਕਰ ਮੇਰੀ ਮੰਮੀ ਲੜਦੀ ਆ ਜਦ ਕੁੜੀ ਕਿਸੇ ਤੇ ਮਰਦੀ ਆ ਸਾਰਿਆਂ ਦੀ ਮੰਮੀ ਲੜਦੀ ਆ ਜਦ ਕੁੜੀ ਕਿਸੇ ਤੇ ਮਰਦੀ ਆ ਸਾਰਿਆਂ ਦੀ ਮੰਮੀ ਲੜਦੀ ਐ ਹਰ ਇੱਕ ਦੀ ਗੁੱਤੋਂ ਫੜਦੀ ਐ ਹਰ ਇੱਕ ਦੀ ਗੁੱਤੋਂ ਫੜਦੀ ਐ ਕੌਣ ਵਾਵਾ ਦਿੰਦੀ ਆ ਦੱਸ ਕੀ ਦੀ ਬੇਬੇ ਹਾਏ ਕੀ ਦੀ ਮੰਮੀ ਮੈਂ ਕਿਹਾ ਕੀ ਦੀ ਬੇਬੇ ਆਪੇ ਨੰਬਰ ਲਾ ਲਾ ਦਿੰਦੀ ਆ ਦੱਸ ਕੀ ਦੀ ਬੇਬੇ ਆਪੇ ਨੰਬਰ ਲਾ ਲਾ ਦਿੰਦੀ ਆ ਕੀ ਸੁਣਾ ਬਾਈ ਛਤਰੇ ਜਣਾ ਸੁਣਾ ਦੇ ਤੁਹਾਡੇ ਪੈਣੇ ਤਾਂ ਲੱਭੀ ਨਹੀਂ ਯਾਰ ਮੀਂਹ ਪਈ ਜਾਂਦਾ ਅੱਜ ਵੇਲੀ ਸੀ ਸਵੇਰੇ ਟੀਵੀ ਮੂਹਰੇ ਬਹਿ ਗਈ ਇਸੇ ਗੱਲੋਂ ਮਾਂ ਤੇਰੀ ਉੱਚਾ ਨੀਵਾਂ ਕਹਿ ਗਈ ਇਸੇ ਗੱਲੋਂ ਮਾਂ ਤੇਰੀ ਉੱਚਾ ਨੀਵਾਂ ਕਹਿ ਗਈ ਗੱਲ ਇੰਨੀ ਸੀ ਜਾਂ ਕਿਸੇ ਗੱਲੋਂ ਹੋਰ ਫੜ ਕੀ ਅੱਜ ਬਿਨਾਂ ਗੱਲੋਂ ਬੇਬੇ ਮੇਰੇ ਨਾਲ ਲੜ ਪੀ ਚੰਨਾ ਬਿਨਾਂ ਗੱਲੋਂ ਬੇਬੇ ਮੇਰੇ ਨਾਲ ਲੜ ਪੀ ਸਾਡਾ ਟੀਵੀ ਮੂਹਰੇ ਬਹਿ ਕੇ ਤਾਂ ਜਮਾ ਨਹੀਂ ਸਰਨਾ ਇੱਥੇ ਸਿੱਧੀ ਹੋ ਕੇ ਪੈਣਾ ਤੈਨੂੰ ਕੰਮ ਕਰਨਾ ਨਹੀਂ ਇੱਥੇ ਸਿੱਧੀ ਹੋ ਕੇ ਪੈਣਾ ਤੈਨੂੰ ਕੰਮ ਕਰਨਾ ਉਹ ਗੱਲਾਂ ਵਾਲੀਆਂ ਦੀ ਇੱਕੋ ਹੀ ਸੁਣਾਉਣੀ ਪੈਣੀ ਹੀ ਐ ਨੀ ਗੱਲਾਂ ਵਾਲੀਆਂ ਦੀ ਇੱਕੋ ਹੀ ਸੁਣਾਉਣੀ ਪੈਣੀ ਹੀ ਐ ਨੀ ਮੈਨੂੰ ਛਤਰੀ ਜੀ ਕੋਠੇ ਤੋਂ ਪਟਾਉਣੀ ਪੈਣੀ ਐ ਮੈਨੂੰ ਛਤਰੀ ਜੀ ਕੋਠੇ ਤੋਂ ਪਟਾਉਣੀ ਪੈਣੀ ਆ
ਬਾਪੂ ਜੀ ਕੀ ਸੁਣਨਾ ਜੀ ਜੱਟ ਤੇ ਲਾਲਾ ਜੱਟ ਤੇ ਲਾਲਾ ਗੱਲ ਸੁਣ ਸ਼ੌਂਕੀ ਦੇ ਪਾਪਾ ਵਿਆਹ ਕੀ ਪਾ ਲਿਆ ਨਵਾਸੇ ਆਪਾ ਗੱਲ ਸੁਣ ਸ਼ੌਂਕੀ ਦੇ ਪਾਪਾ ਵਿਆਹ ਕੀ ਪਾ ਲਿਆ ਨਵਾਸੇ ਆਪਾ ਲੈ ਕੇ ਸੌਦਾ ਜੱਟੇ ਉਧਾਰ ਆਏ ਮੈਂ ਪਾ ਕੇ ਆੜੀ ਵੇ ਕਿਵੇਂ ਮੁੜਨ ਗਏ ਪੈਸੇ ਜੱਟ ਦੀ ਹਾਲਤ ਮਾੜੀ ਵੇ ਕਿਵੇਂ ਮੁੜਨ ਗਏ ਪੈਸੇ ਜੱਟ ਦੀ ਹਾਲਤ ਮਾੜੀ ਵੇ ਗੱਲ ਸੁਣ ਪਵਨ ਦੀ ਮੰਮੀ ਨੀ ਕਾਤੋਂ ਕਰਦੀ ਗੱਲ ਨਕੰਮੀ ਸੁਣ ਪਵਨ ਦੀ ਮੰਮੀ ਨੀ ਕਾਤੋਂ ਕਰਦੀ ਗੱਲ ਨਕੰਮੀ ਦੇ ਗਿਆ ਦੁੱਧੀ ਭਰੀ ਡਰਮੀ ਨੀ ਜੱਟ ਮਾਰਿਆ ਪਾਲੇ ਦਾ ਜੁਗਾਂ ਜੁਗਾਂ ਤੋਂ ਚੱਲਿਆ ਨੀ ਰਿਸ਼ਤਾ ਜੱਟ ਤੇ ਲਾਲੇ ਦਾ ਜੁਗਾਂ ਜੁਗਾਂ ਤੋਂ ਚੱਲਿਆ ਨੀ ਰਿਸ਼ਤਾ ਜੱਟ ਤੇ ਲਾਲੇ ਦਾ ਖੋਲ ਕੇ ਵੇਖ ਅੱਖਾਂ ਤੋਂ ਪੱਟੀ ਵੇ ਤੂੰ ਜਦ ਦੀ ਖੋਲੀ ਹੱਟੀ ਖੋਲ ਕੇ ਵੇਖ ਅੱਖਾਂ ਤੋਂ ਪੱਟੀ ਵੇ ਤੂੰ ਜਦ ਦੀ ਖੋਲੀ ਹੱਟੀ ਘਰ ਵਿੱਚ ਮੌਜਾਂ ਕਰਦੀ ਜੱਟੀ ਰਹੇ ਤੂੰ ਵੱਟੇ ਧੋਂਦਾ ਵੇ ਜੱਟ ਮੁਕਰ ਜੋ ਪੈਸੇ ਫਿਰ ਤੂੰ ਰਹੇ ਘਰ ਆਉਂਦਾ ਵੇ ਜੱਟ ਮੁਕਰ ਜੋ ਪੈਸੇ ਫਿਰ ਤੂੰ ਰਹੇ ਘਰ ਆਉਂਦਾ ਵੇ ਐਵੇਂ ਪੈ ਜੂ ਕੋਈ ਪਵਾੜਾ ਹੁੰਦਾ ਜੱਟ ਵਿਗੜਿਆ ਮਾੜਾ ਪੈ ਜੂ ਕੋਈ ਪਵਾੜਾ ਹੁੰਦਾ ਜੱਟ ਵਿਗੜਿਆ ਮਾੜਾ ਐਸਾ ਫਿਰ ਜਾਊਗਾ ਰਾੜਾ ਰਹਿ ਜੂ ਆਕੜ ਪੱਲੇ ਨੀ ਕੀ ਲਾਲਾ ਅਖਵਾਉਣਾ ਜੇ ਪੈ ਖਾਲੀ ਗੱਲੇ ਨੀ ਕੀ ਲਾਲਾ ਅਖਵਾਉਣਾ ਜੇ ਪੈ ਖਾਲੀ ਗੱਲੇ ਨੀ ਜਦ ਲੰਮਿਆ ਰੁੱਟਾ ਤੇ ਜਾਵੇ ਵੇ ਘਰ ਵੀ ਵੇ ਦਿਨ ਨਾ ਆਵੇ ਲੱਗੇ ਚੌਂਕਾਂ ਮੋੜਾਂ ਤੇ ਨਾ ਕਿਸੇ ਨੀ ਬੜੇ ਸਖਤ ਕਾਨੂੰਨ ਬਣਾ ਤੇ ਲੱਗੇ ਚੌਂਕਾਂ ਮੋੜਾਂ ਤੇ ਨਾ ਕਿਸੇ ਨੀ ਬੜੇ ਸਖਤ ਕਾਨੂੰਨ ਬਣਾ ਤੇ ਹਾਏ ਦਿੰਦੇ ਮਾਂਜ ਕੇ ਰੱਖ ਟਰੈਫਿਕ ਵਾਲੇ ਸਵਾਹੀ ਨੀ ਹੋ ਵਾਲੇ ਸਵਾਹੀ ਨੀ ਹੋ ਜੀ ਟੀ ਰੋਡ ਤੇ ਫੋਨ ਕਰਨ ਦੀ ਸਖਤ ਮਨਾਹੀ ਨੀ ਚਲਦੀ ਗੱਡੀ ਵਿੱਚ ਫੋਨ ਕਰਨ ਦੀ ਸਖਤ ਮਨਾਹੀ ਨੀ ਜੀ ਲਾਉਣ ਦਾ ਸੋਚ ਸੋਚ ਕੇ ਲੱਭਿਆ ਹੱਲ ਚੰਨਾ ਓਏ ਗੱਡੀ ਸੜ ਤੇ ਲਾ ਕੇ ਵੀ ਹੋ ਸਕਦੀ ਗੱਲ ਚੰਨਾ ਸਿਆਣੀ ਗੱਲ ਕਹੀ ਵੇ ਕਰ ਸਕਦੇ ਹੋ ਹਾਂਜੀ ਜੀ ਲਾਉਣ ਦਾ ਸੋਚ ਸੋਚ ਕੇ ਲੱਭਿਆ ਹੱਲ ਚੰਨਾ ਗੱਡੀ ਸੜ ਤੇ ਲਾ ਕੇ ਵੀ ਹੋ ਸਕਦੀ ਗੱਲ ਚੰਨਾ ਹਾਂ ਜਾਨਾ ਕੀ ਮਰਜ਼ੀ ਆਪਣੀ ਦੋਸੜ ਰਹਿ ਬਰਾਵੇ ਇੱਕ ਮੈਨੂੰ ਲੈ ਦੇ ਫੋਨ ਤੇ ਇੱਕ ਤੂੰ ਰੱਖ ਦੇ ਰਹਿ ਬਰਾਵੇ ਇੱਕ ਮੈਨੂੰ ਲੈ ਦੇ ਮੋਬਾਈਲ ਤੇ ਇੱਕ ਤੂੰ ਰੱਖ ਦੇ ਰਹਿ ਬਰਾਵੇ ਓਏ ਫੋਨ ਸੁਣੂ ਕੇ ਗੱਡੀ ਚਲਾਉ ਤੂੰ ਮਰਵਾਹੇਂਗੀ ਗੱਲੀ ਲੰਘੇ ਤੋਂ ਪੰਜ ਸੱਤ ਕੋਕੇ ਤੂੰ ਲਤੜਾਏਗੀ ਨੀ ਤੂੰ ਲਤੜਾਏਗੀ ਗੱਡੀ ਝੱਟ ਖਤਾਨੀ ਵੜ ਜੂ ਜੇ ਹੋ ਗਈ ਲਾਪਰਵਾਹੀ ਨੀ ਹੋ ਗਈ ਲਾਪਰਵਾਹੀ ਨੀ ਹੋ ਜੀ ਡੀ ਰੋਡ ਤੇ ਫੋਨ ਕਰਨ ਦੀ ਸਖਤ ਮਨਾਹੀ ਨੀ ਚਲਦੀ ਗੱਡੀ ਵਿੱਚ ਫੋਨ ਕਰਨ ਦੀ ਸਖਤ ਮਨਾਹੀ ਨੀ ਦੇਸੀ ਪੰਜਾਬ ਦੀ ਦੇਸੀ ਸੱਤ ਲੱਗੀ ਸੀ ਪਿੰਡ ਗੋਲੇਵਾਲਾ ਦੇ ਵਿੱਚ ਤੇ ਵੀਰ ਬਲਜਿੰਦਰ ਤੇ ਕਮਲ ਲੂਰ ਨੇ ਬੰਨੇ ਨੇ ਅਸੀਂ ਧੰਨਵਾਦ ਆ ਪਿੰਡ ਵਾਲਿਆਂ ਦੇ ਪਿੰਡ ਗੋਲੇਵਾਲ ਦੇ ਔਰ ਸਾਡੇ ਗੁਰਨਾਮ ਭਾਅ ਜੀ ਸਿੱਧੂ ਜੀ ਔਰ ਸਾਰੀ ਟੀਮ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਨੂੰ ਇੱਥੇ ਗਾਉਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਲਓ ਜੀ ਅਗਲੀ ਵਾਰ ਕਿਸੇ ਹੋਰ ਪਿੰਡ ਵਿੱਚ ਮਿਲਾਂਗੇ ਕਿਸੇ ਹੋਰ ਗਾਇਕਾ ਜਾਂ ਕਿਸੇ ਮਹਾਨ ਹਸਤੀ ਦੇ ਤੁਹਾਨੂੰ ਰੂਬਰੂ ਕਰਾਵਾਂਗੇ ਤਦ ਤੱਕ ਗੁਰਨਾਮ ਸਿੱਧੂ ਮੰਗਦਾ ਇਜਾਜ਼ਤ ਰੱਬ ਰੱਖਾ ਕਰਾ ਬੰਗੀ ਤੁੰਗ ਵਾਲਿਆ ਵਾਲੇ ਪਿੰਡ ਕਹਾਉਂਦੇ ਬੁਹਾ ਬਲਾਡਾ ਪਿੱਠੀ ਮਾਨਸਾ ਲੋਕ ਟੋਰ ਨਾਲ ਜਿਉਂਦੇ ਨੰਗਲ ਪਿੰਡ ਦੇ ਲੋਕ ਸ਼ਰਾਬੀ ਓ ਮੇਰੇ ਹਾਣੀਆਂ ਓ ਨੰਗਲ ਪਿੰਡ ਦੇ ਲੋਕ ਸ਼ਰਾਬੀ ਸੋਫੀ ਨਾ ਇਖਵਾਉਂਦੇ ਤਿੰਨੇ ਖਿਆਲਾਂ ਚੋਂ ਲੋਕ ਕੰਨੀ ਕਤਰ ਆਉਂਦੇ ਤਿੰਨੇ ਖਿਆਲਾਂ ਚੋਂ ਲੋਕ ਕੰਨੀ ਕਤਰ ਆਉਂਦੇ ਤਿੰਨੇ ਖਿਆਲਾਂ ਚੋਂ ਓ ਅਸਲੇ ਵਿੱਚ ਮਸ਼ਹੂਰ ਸੁਣੀ ਦਾ ਲੌਂਗੋਵਾਲ ਤੇ ਜੋਗਾ ਪਾਣੀ ਵਾਲਾ ਵਿੱਚ ਘਰਾਂਗਣੇ ਕੱਲੇ ਘਰ ਦਾ ਮੋਗਾ ਓ ਅਸਲੇ ਵਿੱਚ ਮਸ਼ਹੂਰ ਸੁਣੀ ਦਾ ਲੌਂਗੋਵਾਲ ਤੇ ਜੋਗਾ ਪਾਣੀ ਵਾਲਾ ਵਿੱਚ ਘਰਾਂਗਣੇ ਕੱਲੇ ਘਰ ਦਾ ਮੋਗਾ ਓ ਤਰਕਸ਼ੀਲ ਨਾ ਭੂਤ ਨੂੰ ਛੱਡ ਦੇ ਓ ਤਰਕਸ਼ੀਲ ਨਾ ਭੂਤ ਨੂੰ ਛੱਡ ਦੇ ਜਾਣੇ ਬਠਿੰਡਾ ਮੋਗਾ ਸਿੱਧੂ ਸ਼ਿੰਗਾਰੇ ਦੀ ਦੂਰ ਦੂਰ ਤੱਕ ਸੋਭਾ ਸਿੱਧੂ ਸ਼ਿੰਗਾਰੇ ਦੀ ਦੂਰ ਦੂਰ ਤੱਕ ਸੋਭਾ ਸਿੱਧੂ ਸ਼ਿੰਗਾਰੇ ਦੀ ਓ